ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਬੈੱਲ ਦੇ ਆਈਕੋਨ 'ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ। ਚਲੋ ਚੱਲਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸੀਗਾ ਸ਼ੋਅ ਸਾਡਾ ਗੁਰਾਇਆਂ ਦੇ ਵਿੱਚ। ਸ਼ੋਅ ਲਾ ਕੇ ਸਿੱਧਾ ਪਹੁੰਚੇ ਹਾਂ ਬਿਲਗੇ ਦੇ ਵਿੱਚ। ਤੁਹਾਨੂੰ ਦੱਸਣ ਦੀ ਲੋੜ ਨਹੀਂ, TSB ਯਾਨੀ ਕਿ ਤਾਰਾ ਸਿੰਘ ਬਿਲਗਾ, ਵਨ ਆਫ ਦੀ ਮੋਸਟ ਜਿਹੜੇ ਕਿ ਘੈਂਟ ਮੈਨੂਫੈਕਚਰਰ ਨੇ, ਵਰਲਡ ਬਿਗੈਸਟ ਟਰੋਲੀ ਮੈਨੂਫੈਕਚਰਰ ਨੇ, ਸਾਡੀ ਪੰਜਾਬ ਦੀ ਸ਼ਾਨ ਹੈ। ਇਹਨਾਂ ਦੀ ਬਣਾਈ ਹੋਈ ਟਰਾਲੀ ਤੁਸੀਂ ਕੈਨੇਡਾ ਦੇ ਵਿੱਚ ਔਰ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ, ਹਰ ਇੱਕ ਕੰਟਰੀ ਦੇ ਵਿੱਚ ਇੱਥੋਂ ਟਰਾਲੀ ਬਣ ਕੇ ਜਾ ਰਹੀ ਹੈ। ਔਰ ਮੇਰਾ ਗਾਣਾ ਆਇਆ ਸੀ ਜਿਹੜਾ ਤੇਰੇ ਪਿੰਡ ਟੇਕੇ ਉੱਤੇ ਪਹਿਲੀ ਜੱਟ ਦੀ, ਉਹਦੇ ਵਿੱਚ ਵੀ ਟਰਾਲੀ ਸਪੈਸ਼ਲੀ ਬਾਈਆਂ ਨੇ ਭੇਜੀ ਸੀ। ਨਾਲ ਨੇ ਉੱਧਰ ਹੈਪੀ ਦੇਰਾ ਘੈਂਟ ਬੰਦੇ, ਔਰ ਜਿਹੜੇ ਟਰੋਲੀ ਨੂੰ ਕਹਿੰਦੇ ਨੈਕਸਟ ਲੈਵਲ 'ਤੇ ਲੈ ਕੇ ਜਾਣਾ ਆਪਾਂ ਨੇ ਨਵੀਂ ਟੈਕਨੀਕ ਦੇ ਨਾਲ ਟਰੋਲੀਆਂ ਬਣ ਰਹੀਆਂ ਨੇ। ਔਰ ਥੋੜ੍ਹਾ ਜਿਹਾ ਆਪਾਂ ਦਿਖਾ ਦਿਉ, ਇੱਧਰਲੇ ਪਾਸੇ ਕੈਮਰਾ ਮਾਰ ਦਿਉ ਮਾੜਾ ਜਿਹਾ, ਮੈਨੂੰ ਫੜਾ ਦਿਓ ਮਾੜਾ ਇੱਕ ਮਿੰਟ। ਦੇਖ ਸਕਦੇ ਹੋ ਪੂਰਾ ਚੱਲ ਰਿਹਾ ਹੁਣ ਸੀਜ, ਇੱਕ ਝਾਤ ਮਾਰ ਲਓ ਮਾੜੇ ਜੀ ਚਾਰੇ ਪਾਸੇ। ਇਹ ਸਾਡੀ ਟੀਮ ਖੜੀ ਹੈ ਜੀ ਇੱਧਰਲੇ ਪਾਸੇ, ਹੈਲੋ ਕਰ ਦਿਓ ਸਾਰੇ ਇੱਕ ਵਾਰ। ਹਾਂਜੀ, ਔਰ ਇੱਥੇ ਬਿਲਕੁਲ ਲੇਟੈਸਟ ਟੈਕਨੀਕ ਦੇ ਨਾਲ ਟਰੋਲੀਆਂ ਬਣਾਈਆਂ ਜਾ ਰਹੀਆਂ ਨੇ ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਭੇਜੀਆਂ ਜਾਂਦੀਆਂ ਨੇ। ਔਰ ਗੁੱਡੀ ਜਿਹੜੀ ਹੈ ਨਾ ਟਰਾਲੀਆਂ ਦੀ, ਹੈ ਨਾ, ਪੂਰੀ ਦੁਨੀਆ ਦੇ ਵਿੱਚ ਡਿਮਾਂਡ ਹੈ। ਇੰਨੀ ਵਧੀਆ ਟਰਾਲੀਆਂ ਤੁਸੀਂ ਲੋਹਾ ਕਿੱਥੋਂ ਲੈ ਕੇ ਆਉਂਦੇ ਹੋ ਦੱਸੋਗੇ ਮਾੜਾ ਜੀ? ਲੋਹਾ ਭਾਅ ਜੀ ਜਿੰਨਾ ਵੀ ਲੋਹਾ ਲੱਗਦਾ ਨਾ ਟਰਾਲੀਆਂ ਨੂੰ, ਸਾਰਾ ਟੈਸਟਡ ਲੋਹਾ ਵਰਤਦੇ ਆਪਾਂ, ਕੋਈ ਵੀ ਸਾਰਾ ਸੇਲ ਦਾ ਮਾਲ ਹੁੰਦਾ ਆ, ਗੌਰਮੈਂਟ ਦੇ ਅਪਰੂਵ ਹੁੰਦਾ ਹੈ, ਕੋਈ ਵੀ ਆਪਾਂ ਦੇਖੀ ਮਟੀਰੀਅਲ ਨਹੀਂ ਲਾਉਂਦੇ ਟਰਾਲੀ ਦੇ ਵਿੱਚ। ਇਹੀ ਖਾਸੀਅਤ ਹੈ ਆਪਣੀ ਟਰਾਲੀ ਦੀ। ਤੁਹਾਡੀ ਟਰਾਲੀ ਨੂੰ ਜ਼ਹਿਰ ਬਹੁਤ ਘੱਟ ਲੱਗਦੀ ਹੈ, ਜੰਗ ਨਹੀਂ ਲੱਗਦੀ, ਹੈ ਨਾ। ਔਰ ਮੇਰੇ ਕੋਲ ਵੀ ਤੁਹਾਡੀਆਂ ਦੋ ਤਿੰਨ ਟਰਾਲੀਆਂ ਨੇ, ਔਰ ਅੱਜ ਤੱਕ ਨਾ ਪੇਂਟ ਉਹਨਾਂ ਦਾ ਉੱਕੜਿਆ, ਔਰ ਕਦੇ ਨਾ ਵੈਲਡਿੰਗ ਦੀ ਲੋੜ ਪਈ ਹੈ। ਮਤਲਬ ਕੀ ਤੁਹਾਡੇ ਖਾਨਦਾਨ ਦੇ ਉੱਤੇ ਰੱਬ ਨੇ ਕੀ ਸੱਤ ਧਰਿਆ ਹੋਇਆ ਅਤੇ ਕੀ ਖਾਸ ਗੱਲ ਹੈ ਇੰਨੀ ਵਧੀਆ ਟਰਾਲੀਆਂ? ਨਹੀਂ ਨਹੀਂ ਭਾਅ ਜੀ, ਸਾਡੇ ਘਰ ਦੇ ਇੱਕ ਕੰਮ ਵਧੀਆ ਕਰੀ, ਚਲੋ ਸਾਰੇ ਜਣੇ ਆਪੇ ਤੁਹਾਡੇ ਕੋਲ ਆਉਣਗੇ, ਕੁਆਲਿਟੀ ਦਿਓ ਤਾਂ ਗਾਹਕ ਤੁਹਾਡੇ ਕੋਲ ਆਪ ਹੀ ਕਿੱਦਾਂ ਤੁਹਾਡਾ ਆਊਗਾ। ਨੀਤ ਸਾਫ ਰੱਖੀ ਭਾਅ ਜੀ, ਸਾਫ ਨੀਤ ਨਾਲ ਕੰਮ ਕਰਦੇ ਹਾਂ। ਜਿਹੜੀ ਆਪਾਂ ਗੱਲ ਕਹਿ ਦਿੰਦੇ ਨਾ ਗਾਹਕ, ਉਹੀ ਮਟੀਰੀਅਲ ਲੱਗਦਾ ਇੱਥੇ, ਕੋਈ ਹੇਰਾ ਫੇਰੀ ਵਾਲਾ ਕੰਮ ਨਹੀਂ ਹੈਗਾ। ਕਿਆ ਭਾਅ ਜੀ, ਔਰ ਇਹੀ ਸਾਡੇ ਸਿਆਣੇ ਕਹਿੰਦੇ ਆਏ ਹੈ ਕਿ ਹੇਰਾ ਫੇਰੀ ਵਾਲਾ ਕੰਮ ਨਹੀਂ ਕੋਈ, ਠੋਕ ਕੇ ਪੈਸੇ ਲਈਦੇ ਆ। ਇਹ ਗੱਲ ਭਾਈ ਕਹਿੰਦਾ ਠੋਕ ਕੇ ਪੈਸੇ ਲਈਦੇ ਆ, ਔਰ ਠੋਕ ਕੇ ਕੰਮ ਕਰੀਦਾ, ਵਧੀਆ ਸਮਾਨ ਲਾਈਦਾ, ਤਾਂ ਹੀ TSB ਬਿਲਗਾ ਯਾਨੀ ਕਿ ਤਾਰਾ ਸਿੰਘ ਬਿਲਗਾ, ਜਿਹਨਾਂ ਦੀ ਟਰਾਲੀਆਂ ਦੀ ਪੂਰੇ ਵਰਲਡ ਦੇ ਵਿੱਚ ਡਿਮਾਂਡ ਹੈ। ਮੈਂ ਥੋੜ੍ਹਾ ਜਿਹਾ ਆਪਾਂ ਅੱਗੇ ਚੱਲੀਏ, ਅੱਗੇ ਮੈਂ ਇੱਥੇ ਤੁਹਾਨੂੰ ਦਿਖਾਉਣਾ ਚਾਹੁੰਦਾ, ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਕੰਮ। ਔਰ ਇਹ ਟਰਾਲੀ ਹੈ ਜੀ, ਇਹ ਜਾ ਰਹੀ ਹੈ ਯੂਰਪ ਦੇ ਵਿੱਚ। ਕਿਹੜੇ ਕੰਟਰੀ 'ਚ ਜਾਣੀ ਹੈ? ਹਾਂਜੀ, ਇਟਲੀ ਜਾਣੀ ਹੈ। ਇਹ ਟਰਾਲੀ ਹੈ ਜੀ ਜਿਹੜੀ ਜਾਏਗੀ ਇਟਲੀ, ਇਹਦੀ ਕੀ ਖਾਸੀਅਤ ਹੈ? ਖਾਸੀਅਤ ਭਾਅ ਜੀ ਇਹਦਾ ਸਾਰਾ ਕੁਝ ਹਾਈਡ੍ਰੋਲਿਕ ਆ, ਡਾਲਾ ਵੀ ਹਾਈਡ੍ਰੋਲਿਕ ਆ। ਇਹਦਾ ਡਾਲਾ ਤੁਸੀਂ ਦੇਖੋਗੇ ਇਹ ਹਾਈਡ੍ਰੋਲਿਕ ਹੈ, ਚਾਰੋਂ ਪਾਸਿਓਂ ਹੈਗੀ ਹੈ ਇਹ ਬੰਦ। ਰੌਲਾ ਬਹੁਤ ਪਿਆ ਹੋਇਆ ਇਹ ਜਾ ਰਹੀ ਹੈ ਇਟਲੀ ਦੇ ਵਿੱਚ। ਤੁਸੀਂ ਇਹਦਾ ਫਰੰਟ ਚੈੱਕ ਕਰ ਸਕਦੇ ਹੋ। ਇਹ ਟਰੈਲੀ ਜਾ ਰਹੀ ਹੈ ਜੀ ਇਟਲੀ ਜਾਣਾ ਇਹਨੇ ਸਪੈਸ਼ਲੀ, ਇਹਦਾ ਡਿਜ਼ਾਇਨ ਵੀ ਡਿਫਰੈਂਟ ਹੈ, ਹਾਲਾਂਕਿ ਪੇਂਟ ਇਹਨੂੰ ਹੋਣਾ। ਮੈਨੂੰ ਤਾਂ ਇਹ ਲੋਗੋ ਬਹੁਤ ਪਸੰਦ ਹੈ TSB, ਲੋਗੋ ਬਹੁਤ ਪਿਆਰਾ ਬਣਾਇਆ, ਆਈ ਥਿੰਕ ਪਹਿਲਾਂ ਨਹੀਂ ਸੀਗਾ ਇਹ। ਹੁਣ ਜਿਹੜਾ ਮਰਜ਼ੀ ਪੇਂਟ ਕਰ ਦਿਓ TSB ਇੱਦਾਂ ਹੀ। ਇੱਧਰ ਟੀਮ ਸਾਰੀ ਜੀ ਜਿਹਨਾਂ ਮਰਜ਼ੀ ਨੂੰ ਸਿਰ 'ਤੇ ਗੇਮ ਹੈ ਬਾਈ, ਇੱਕ ਵਾਰੀ ਹੈਲੋ ਕਰ ਦਿਓ, ਤੁਹਾਨੂੰ ਸਾਰੇ ਦੇਖ ਰਹੇ। ਮਿਹਨਤ ਕਰਨ ਵਾਲੇ ਬੰਦੇ ਜਿਹੜੇ ਬੜੀ ਇਮਾਨਦਾਰੀ ਅਤੇ ਜਿੰਦਾ ਦਿਲੀ ਦੇ ਨਾਲ 24 ਘੰਟੇ ਇੱਥੇ ਡਟੇ ਰਹਿੰਦੇ ਆ ਕੰਮ 'ਤੇ।
ਔਰ ਮੈਂ ਸੈਲੂਟ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ। ਠੀਕ ਠਾਕ ਹੈ? ਠੀਕ ਹੈ, ਠੀਕ ਹੈ। ਗੁੱਡ। ਇੱਧਰਲੇ ਪਾਸੇ ਰੋਡ ਮਟੀਰੀਅਲ ਪਿਆ ਸਾਰਾ ਹੀ। ਹਰਜਿੰਦਰ ਜੀ, ਹਰਜਿੰਦਰ। ਔਰ ਸਾਡੀ ਮਾਣਯੋਗ ਸ਼ਖਸੀਅਤ ਹਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਪੂਰੇ ਵਰਲਡ ਦੇ ਵਿੱਚ ਬਿਲਗੇ ਦਾ ਨਾਂ ਚਮਕਾਇਆ। ਔਰ ਤੁਹਾਨੂੰ ਮੁਬਾਰਕਬਾਦ ਦਿੰਦਾ, ਤੁਹਾਨੂੰ ਬਹੁਤ ਦੁਨੀਆ ਸਾਰੀ ਦੇਖ ਰਹੀ ਹੈ ਇੱਥੇ, ਦੇਖਦੇ ਸਾਰੇ ਅਤੇ ਤੁਹਾਡੀ ਟਰਾਲੀਆਂ ਦੀ ਇੰਨੀ ਡਿਮਾਂਡ ਹੈ ਔਰ ਅੱਛੀ ਕੁਆਲਿਟੀ ਦੀਆਂ ਟਰਾਲੀਆਂ ਨੇ, ਇਹਦਾ ਕੀ ਰਾਜ ਹੈ, ਲੋਕ ਕਿਉਂ ਪਸੰਦ ਕਰਦੇ ਆ? ਦੇਖੋ, ਜੋ ਅਸੀਂ ਕਹਿੰਦੇ ਹਾਂ, ਜੋ ਮਟੀਰੀਅਲ ਅਸੀਂ ਜੋ ਗਾਹਕ ਨੂੰ ਜਿਹੜਾ ਮਟੀਰੀਅਲ ਕਹਾਂਗੇ ਉਹੀ ਮਟੀਰੀਅਲ ਲੱਗਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਬੇਈਮਾਨੀ ਨਹੀਂ। ਜੋ ਮਟੀਰੀਅਲ ਜੋ ਸਾਡਾ ਸਟੈਂਡਰਡ ਆ ਉਹ ਘਟਾਉਂਦੇ ਨੇ। ਕਿਆ ਬਾਤਾਂ, ਇਹੀ ਇਹਨਾਂ ਦੀ। ਜਦੋਂ ਵੀ ਮੇਰਾ ਚੱਕਰ ਲੱਗਦਾ ਹਮੇਸ਼ਾ ਮੈਂ ਜ਼ਰੂਰ ਮਿਲ ਕੇ ਜਾਂਦਾ ਅੰਕਲ ਜੀ ਨੂੰ। ਔਰ ਅੱਜ ਖਾਸ ਤੌਰ ਦੇ ਉੱਤੇ ਪਹੁੰਚੇ ਸੀਗੇ ਕਿ ਕਸਟਮਰ ਨਾਲ ਜਿਹੜੀ ਗੱਲ ਹੋਈ ਹੈ ਉਹ ਪੂਰੀ ਹੁੰਦੀ ਹੈ, ਕੋਈ ਚੀਟਿੰਗ ਨਹੀਂ, ਮਾਲ ਵੀ ਸਿਰੇ ਦਾ ਲਾਉਂਦੇ ਆ। ਐਸੇ ਕਰਕੇ TSV ਦੀ ਪੂਰੀ ਦੁਨੀਆ 'ਚ ਡਿਮਾਂਡ ਹੈਗੀ ਹੈ ਔਰ ਆਪਾਂ ਪਹੁੰਚਣ ਵਾਲੇ ਹਾਂ ਹੁਣ ਐਂਡ 'ਤੇ। ਹੈਪੀ ਉਹ ਕਿੱਥੇ ਆਪਣਾ ਐਂਡ 'ਤੇ ਅੱਗੇ ਹੁਣ ਮੈਂ ਐਂਟਰੀ ਗੇਟ ਦਿਖਾਉਣਾ ਚਾਹੁੰਦਾ, ਸਪੈਸ਼ਲੀ ਜਿਹੜੇ ਬਾਹਰਲੇ ਕੰਟਰੀਆਂ ਦੇ ਵਿੱਚ ਬੈਠੇ ਆ। ਔਰ ਇਹ ਹੈ ਜੀ TSV ਐਗਰੋ ਇੰਟਰਪ੍ਰਾਈਜ਼ ਬਿਲਗਾ। ਬਹੁਤ ਛੇਤੀ, ਕਿਉਂਕਿ ਮੈਂ ਆਪ ਖੇਤੀਬਾੜੀ ਨਾਲ ਜੁੜਿਆ ਹੋਇਆ। ਪਿਛਲਾ ਗਾਣਾ ਸੀਗਾ ਅਰਬਨ ਜੱਟ, ਸਵਿਮਿੰਗ ਪੂਲ ਬਣਿਆ ਹੋਇਆ ਸੀ ਟਰੈਲੀ ਦੇ ਵਿੱਚ, ਉਹ ਵੀ ਸਪੈਸ਼ਲੀ ਤਾਰਾ ਸਿੰਘ ਬਿਲਗਾ ਨੇ ਇੱਥੋਂ ਬਣਾ ਕੇ ਭੇਜੀ ਸੀ ਟਰੈਲੀ। ਤੇਰੇ ਪਿੰਡ ਠੇਕੇ ਉੱਤੇ ਪੈਲੀ ਜੱਟ ਦੀ, ਉਹਦੇ ਵਿੱਚ ਵੀ ਟਰੈਲੀ ਸਪੈਸ਼ਲੀ ਡਿਜ਼ਾਈਨ ਹੋ ਕੇ ਗਈ ਸੀ ਬਿਲਗੇ ਤੋਂ। ਔਰ ਨਵੇਂ ਗਾਣੇ ਬਹੁਤ ਛੇਤੀ ਆ ਰਹੇ ਆ, ਗਾਣਿਆਂ ਦੇ ਵਿੱਚ ਵੀ ਆਪਾਂ ਇਹ ਟਰਾਲੀਆਂ ਇੱਦਾਂ ਹੀ ਚੱਲਦੀਆਂ ਰਹਿਣੀਆਂ। ਠੀਕ ਹੈ ਜੀ, ਮੈਸੇਜ ਆ ਰਹੇ ਆ ਕਾਫੀ ਲੋਕਾਂ ਦੇ, ਆਪਾਂ ਪੜ੍ਹ ਨਹੀਂ ਪਾ ਰਹੇ ਤੇ ਉਹ ਕਹਿ ਰਹੇ ਨੇ ਉਸਤਾਦ ਜੀ ਆਜੋ ਟਰਾਲੀ ਭਾਈ ਰੈਡੀ ਵੀ ਦਿਖਾ ਦਿਓ, ਰੈਡੀ ਹੋਈ ਹੈ, ਰੈਡੀ ਹੋ ਰਹੀ ਹੈ, ਬਿਲਕੁਲ ਫਾਈਨਲ ਹੈਗੀ ਹੈ ਸਰ। ਓਕੇ ਜੀ, ਇੱਕ ਟਰਾਲੀ ਹੈਗੀ ਸਾਡੇ ਕੋਲ ਜਿਹੜੀ ਕਿ ਬਿਲਕੁਲ ਰੈਡੀ ਹੈ, ਉਹ ਤੁਹਾਨੂੰ ਦਿਖਾਉਣ ਲੱਗੇ ਹਾਂ। ਹਾਂਜੀ, ਇਹ ਟਰੈਲੀ ਹੈ ਜੀ, ਟਰੋਲੀ ਜਿਹੜੀ ਬਿਲਕੁਲ ਰੈਡੀ ਹੈ, ਤਿਆਰ ਹੈ ਤੇ ਹੁਣੇ ਤੁਹਾਨੂੰ ਮੈਂ ਰਿਸਪੈਕਟ ਫਾਰਮਰ। ਬਹੁਤ ਵਧੀਆ ਜਿੱਦਾਂ ਦੀ ਇਹਨਾਂ ਦੀ ਸੋਚ ਹੈ, ਇੱਦਾਂ ਦਾ ਬਣਾਇਆ ਹੋਇਆ ਲੋਗੋ। ਅਤੇ ਹੁਣ ਤੁਸੀਂ ਦੇਖੋ ਟਰਾਲੀ, ਸਪੈਸ਼ਲੀ ਮੈਨੂੰ ਜਿਹੜੀ ਚੀਜ਼ਾਂ ਪਸੰਦ ਨੇ ਜਿਸ ਕਰਕੇ ਮੈਂ ਇੱਥੋਂ ਟਰਾਲੀ ਬਣਾਈ ਸੀ, ਇਹਨਾਂ ਦੀ ਫਿਨਿਸ਼ਿੰਗ। ਔਰ ਸਿੱਧੂ ਫਾਰਮ, ਲੋਗੋ ਤੁਸੀਂ ਦੇਖ ਸਕਦੇ ਹੋ। ਔਰ ਇਹ ਤਾਂ ਪਤੰਦਰ ਸਾਈਡ ਤੇ ਸਿੰਪਲ ਮਾਡਲ ਲਾ ਹੀ ਦਿੰਦੇ ਆ, ਇਹਨਾਂ ਮਹਿਫਲ ਲਾਉਣੀ ਹੋਵੇ ਕਿਸੇ ਨੇ, ਹੈ ਨਾ, ਇਹਨੂੰ ਇੱਧਰ ਨੂੰ ਕਰ ਲਓ। ਕਿਆ ਬਾਤ ਆ, ਮੋਟਰ ਤੇ ਮਹਿਫਲ ਲਾਉਣ ਦਾ ਮੂਡ ਬਣ ਜਾਂਦਾ ਕਈ ਵਾਰੀ। ਇਹ ਫਰੰਟ ਹੈ ਜੀ ਇਹਦਾ, ਇਹ ਥੋੜ੍ਹਾ ਜਿਹਾ ਮੈਂ ਕੈਮਰਾ ਕਰਦਾ ਚੇਂਜ, ਤੁਸੀਂ ਪੂਰੀ ਲੁੱਕ ਦੇਖ ਸਕਦੇ ਹੋ ਇਸ ਟਰਾਲੀ ਦੀ। ਉਧਰਲੇ ਪਾਸੇ ਉਹ ਚੱਲਦਾ ਕੰਮ ਹਜੇ? ਚੱਲਦਾ ਨਹੀਂ, ਉਧਰੋਂ ਮੁਕੰਮਲ ਆ, ਉਧਰੋਂ ਨਹੀਂ ਹੋਇਆ ਰੈਡੀ। ਉਹ ਸੈਕਿੰਡ ਵਾਲੀ ਹੈ ਜਿਹੜੀ, ਹਾਂਜੀ ਉਹ ਸੈਕਿੰਡ ਹੈ, ਉਧਰਲੇ ਪਾਸੇ ਟਰਾਲੀ, ਉਹਦਾ ਲੱਗਾ ਮੈਂ ਚੱਲਦਾ ਕੰਮ, ਚੱਲ ਰਿਹਾ ਕੰਮ ਉਹਦਾ। ਇਹ ਜੀ ਤਿਆਰ ਬਰ ਤਿਆਰ ਹੈ, ਜਾਣੀ ਕਿੱਥੇ ਹੈ? ਅੰਮ੍ਰਿਤਸਰ ਜਾਣੀ ਹੈ ਜੀ, ਇਹਨਾਂ ਦੀ ਅੰਕਲ ਨਹੀਂ ਲੈਣਾ ਹੈ। ਓਕੇ, ਅੰਕਲ ਸਾਡੇ ਕੋਲ ਪਹੁੰਚੇ ਹੋਏ ਨੇ, ਇਹ ਤੁਹਾਡੀ ਹੈ ਟਰਾਲੀ? ਹਾਂਜੀ ਸਾਡੀ। ਤੁਸੀਂ ਇੱਥੇ ਟਰਾਲੀ ਬਣਾਉਣ ਆਏ ਹੋ ਸਪੈਸ਼ਲ, ਕਿਹੜੀ ਖਾਸ ਗੱਲ ਆ ਜਿਹਦੇ ਕਰਕੇ ਤੁਸੀਂ ਇਹ ਟਰਾਲੀਆਂ ਇੱਥੇ ਦੀਆਂ? ਬਹੁਤ ਵਧੀਆ, ਅਸੀਂ ਇਹ ਦੂਜੀ ਤੀਜੀ ਟਰਾਲੀ ਖੜਨ ਲੱਗੇ ਹਾਂ ਅੱਜ। ਕਿਆ ਬਾਤ ਹੈ, ਤੇ ਅਸੀਂ ਚੇਚੇ ਇੱਥੇ ਟਰਾਲੀ ਲੈਣ ਹੀ ਆਉਂਦੇ ਨਾ। ਕਿਆ ਬਾਤਾਂ ਜੀ, ਸਾਡੇ ਨਾਲ ਬੜੇ ਹੀ ਸੂਝਵਾਨ ਬਜ਼ੁਰਗ ਖੜੇ ਆ ਔਰ ਜਿਨ੍ਹਾਂ ਦਾ ਆਪਣਾ ਤਜਰਬਾ ਹੈ, ਕਿਉਂਕਿ ਮੈਂ ਆਪ ਸਪੈਸ਼ਲ ਚੰਡੀਗੜ੍ਹ ਤੋਂ ਪਹੁੰਚਿਆ ਇੱਥੇ, ਪਿਛਲੀ ਵਾਰ ਵੀ ਟਰਾਲੀ ਲੈ ਕੇ ਗਏ ਸੀ। ਔਰ ਅਗਲੇ ਗੀਤਾਂ ਦੇ ਵਿੱਚ ਵੀ ਸਪੈਸ਼ਲੀ ਹੁਣ ਟਰਾਲੀ ਡਿਜ਼ਾਈਨ ਹੋ ਰਹੀ ਹੈ, ਕੋਈ ਨਾ ਕੋਈ ਗਾਣਾ ਆਪਾਂ ਪਲਾਨ ਕਰਦੇ ਹਾਂ ਉੱਦਾਂ ਦਾ, ਲੈ ਕੇ ਆਵਾਂਗੇ। ਇੱਕ ਵਾਰੀ ਫਿਰ TSV ਤੋਂ ਤੁਸੀਂ ਬਾਏ ਕਰ ਦਿਓ ਜੀ ਆਪਾਂ ਸਾਰੇ, ਆ ਜਾਓ ਮਾੜਾ ਜਿਹਾ ਕੈਮਰੇ ਦੇ ਮੂਹਰੇ। ਲਓ ਜੀ, ਆਪਾਂ ਲੈਂਦੇ ਹਾਂ ਇਜਾਜ਼ਤ ਫਿਰ ਤੁਹਾਡੇ ਕੋਲੋਂ, ਅਤੇ ਜਿਹੜੇ ਜਿਹੜੇ ਸਪੈਸ਼ਲੀ ਸਾਡੇ ਕਿਸਾਨ ਭਰਾ ਨੇ, ਕਿਉਂਕਿ ਗਾਉਣਾ ਸਾਡਾ ਸ਼ੌਕ ਹੈ ਅਤੇ ਖੇਤੀਬਾੜੀ ਸਾਡੇ ਬਲੱਡ 'ਚ ਹੈ, ਟਰਾਲੀਆਂ ਦਾ ਤਾਂ ਹੀ ਸਾਨੂੰ ਸ਼ੌਕ ਹੈ। ਸਾਡੇ ਗਾਣਿਆਂ ਦੇ ਵਿੱਚ ਵੀ ਤੁਸੀਂ ਇੱਦਾਂ ਹੀ ਐਗਰੀਕਲਚਰ ਨਾਲ ਜੁੜੀਆਂ ਹੋਈਆਂ ਜਿਹੜੇ ਇੰਪਲੀਮੈਂਟਸ ਹੈ ਉਹ ਤੁਸੀਂ ਤੁਹਾਨੂੰ ਦੇਖਣ ਨੂੰ ਮਿਲਣਗੇ। ਜਿਨ੍ਹਾਂ ਜਿਨ੍ਹਾਂ ਨੂੰ ਪਿਆਰ ਹੈ ਟਰੋਲੀ ਲਵਰ ਨੇ ਤਾਂ ਸ਼ੇਅਰ ਕਰ ਦਿਓ ਸਾਰੇ, ਰੱਬ ਰਾਖਾ ਜੀ। ਸੋਰੀ ਤੁਹਾਡੇ ਮੈਸੇਜ ਨਹੀਂ ਪੜ੍ਹ ਹੋਏ,
ਬਾਕੀ ਬਾਅਦ ਚ ਆਨਸਰ ਦਿਆਂਗੇ। ਓਕੇ ਜੀ, ਰੱਬ ਰਾਖਾ, ਬਾਏ।